ਕਿ ਬੱਬਰ ਸਾਹਿਬ ਨੇ ਇੱਕ ਹੁੰਦਾ ਨਾ ਲੰਮਾ ਸਮਾਂ, ਇਹ ਲੰਮੇ ਤੋਂ ਗਾ ਲੰਮਾ ਸੀ, 40 ਸਾਲ 45 ਮੈਨੂੰ ਸਟੇਟ ਸਕੱਤਰ ਕਰਨ ਦਾ ਮੌਕਾ ਮਿਲਿਆ ਅਤੇ ਮੇਰੀ ਜ਼ਿੰਦਗੀ ਦਾ ਪਹਿਲਾ ਇਹ ਚਾਂਸ ਆ ਜਿੱਥੇ ਬੁਲਾਰੇ ਨੇ ਆਪਣੀ ਮਰਜ਼ੀ ਨਾਲ ਸਮਾਂ ਕੱਢ ਲਿਆ। ਹਰ ਸਟੇਜ ਹਰ ਥਾਂ ਤੋਂ ਮਿਹਨਤ ਨੇ ਕਿ ਉਸ ਸਮੇਂ ਨੂੰ ਅਸੀਂ ਉਸ ਸਮੇਂ ਧਰਤੀ ਦੇ ਕੇ ਆਏ ਹਾਂ ਸਾਰੇ ਜਣੇ, ਅਤੇ ਜੇ ਬਾਕੀ ਵਕਤਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਸਾਥੀਆਂ ਨਾਲ ਟਾਈਮ ਦੇ ਸਕਾਂਗਾ। ਸੋ ਗੁਸਤਾਖੀ ਮਾਂ ਬੱਬਰ ਸਾਹਿਬ, ਹਾਂਜੀ ਹੁਣ ਮੈਂ ਬਾਸੀ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੇ ਹੱਡ ਬੀਤੀ ਜਗ ਬੀਤੀ ਕਵਿਤਾ ਲਿਖੀ ਹੈ, ਅਤੇ ਹੁਣ ਮੈਂ ਬੁਲਾਰੇ ਨੂੰ ਬੇਨਤੀ ਕਰਾਂਗੇ ਆਪਾਂ ਥੋੜ੍ਹਾ ਥੋੜ੍ਹਾ ਦੁੱਧ ਕੱਟ ਲੈਣਾ ਤਾਂ ਜੋ ਆਪਾਂ ਸਮੇਂ ਨਾਲ ਠੀਕ ਕੰਮ ਕਰ ਸਕੀਏ। ਆਪਣੇ ਪੰਜਾਬ ਦੇ ਵਿੱਚੋਂ ਤਕਰੀਬਨ ਆਪਾਂ ਵੀ ਮਤਲਬ 80% ਕਿਸਾਨੀ ਵਿੱਚੋਂ ਆਏ ਹਾਂ, ਔਰ ਕਿਸਾਨੀ ਆਪਣੇ ਸਾਰੇ ਮੁਲਕ ਦਾ ਅਨਾਜ ਪੈਦਾ ਕਰਕੇ ਵੀ ਕਰਜ਼ੇ ਥੱਲੇ ਦੱਬਿਆ ਪਿਆ। ਉਹਦਾ ਕਾਰਨ ਇੱਕੋ ਇੱਕ ਹੈ ਕਿ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਜਿਹੜੀ ਕੀਮਤ ਆ ਸਾਰੀਆਂ ਵਸਤੂਆਂ ਦੀ ਉਹ ਸਰਮਾਏਦਾਰ ਆਪ ਰੱਖਦਾ। ਕਿਸਾਨ ਆਪਣੀ ਪੈਦਾਵਾਰ ਜਿਹੜੀ ਕਰਦਾ ਹੈ ਉਹਦੀ ਕੀਮਤ ਜਿਹੜਾ ਹੈ ਉਹ ਸਰਕਾਰ ਰੱਖਦੀ ਹੈ। ਇੱਕ ਵਾਰੀ ਐਗਰੀਕਲਚਰ ਯੂਨੀਵਰਸਿਟੀ ਦੇ ਭਾਅ ਬਾਰੇ ਅੰਕੜੇ ਕੱਢ ਕੇ ਕੁਛ ਕਿਸਾਨ ਦੀ ਮਦਦ ਕੀਤੀ ਸੀ, ਪਰ ਸਰਕਾਰ ਨੇ ਉਹਦਾ ਕੋਈ ਵੀ ਜਿਹੜਾ ਆ ਅਸਰ ਕਬੂਲ ਨਹੀਂ ਕੀਤਾ ਸੀ। ਸੋ ਉਹ ਕਿਸਾਨੀ ਦੇ ਵਿੱਚੋਂ ਮੈਂ ਕਿਸਾਨ ਦੇ ਲਈ ਅਤੇ ਕੁਛ ਕਿਰਤੀ ਦੇ ਲਈ ਕੁਛ ਸ਼ਬਦ ਜਿਹਾ ਲਿਖੇ ਆ ਆਪਣੇ ਆਪ, ਅਤੇ ਹੋ ਸਕਦਾ ਆ ਵੀ ਉਹ ਕਵਿਤਾ ਦੇ ਜਿਹੜੇ ਆ ਹੁਣ ਨਾ ਉਹ 'ਚ ਹੋਣ। ਸੋ ਉਹਦੇ ਲਈ ਤੁਸੀਂ ਮਾਫ਼ ਕਰਨਾ। ਉੱਠ ਕਿਸਾਨਾ ਸੁੱਤਿਆ ਤੂੰ ਹੱਲਾ ਬੋਲ, ਉੱਠ ਕਿਰਤੀਆ ਜਾਗ ਹੋਏ ਤੂੰ ਹੱਲਾ ਬੋਲ, ਖਾਣ ਨੂੰ ਨਹੀਂ ਤੇਰੇ ਬਚਦੇ ਦਾਣੇ, ਭੁੱਖੇ ਮਰਦੇ ਤੇਰੇ ਨਿਆਣੇ, ਵਿਹਲੜ ਲੁੱਟ ਕੇ ਲੈ ਗਏ ਬੋਲ, ਉੱਠ ਹੱਲਾ ਬੋਲ, ਉੱਠ ਕਿਰਤੀਆ ਜਾਗ ਹੋਏ ਤੂੰ ਹੱਲਾ ਬੋਲ, ਉੱਠ ਕਿਸਾਨਾ ਜਾਗ ਹੋਏ ਤੂੰ ਹੱਲਾ ਬੋਲ, ਸਾਰਾ ਦਿਨ ਤੂੰ ਕਿਰਤ ਕਮਾਵੇਂ ਕਦੀ ਦੇਖਿਆ ਨਹੀਂ ਬਹਿੰਦਾ ਸ਼ਾਵੇਂ, ਚੇਤੇ ਰੱਖੇ ਸਦਾ ਨਾਨਕ ਦੇ ਬੋਲ, ਉੱਠ ਹੱਲਾ ਬੋਲ, ਉੱਠ ਕਿਸਾਨਾ ਜਾਗ ਹੋਏ ਤੂੰ ਹੱਲਾ ਬੋਲ, ਉੱਠ ਕਿਰਤੀਆ ਜਾਗ ਹੋਏ ਤੂੰ ਹੱਲਾ ਬੋਲ, ਲੋਕਾਂ ਦੇ ਤੂੰ ਮਹਿਲ ਸਾਰੇ, ਤੂੰ ਬਸੇ ਵਿੱਚ ਕੱਚੇ ਢਾਰੇ, ਲੁੱਟ ਕਸੁੱਟਦਾ ਤੂੰ ਪੜਦਾ ਫੋਲ, ਤੂੰ ਹੱਲਾ ਬੋਲ, ਉੱਠ ਕਿਰਤੀਆ ਜਾਗ ਹੋਏ ਤੂੰ ਹੱਲਾ ਬੋਲ, ਉੱਠ ਕਿਸਾਨਾ ਜਾਗ ਹੋਏ ਤੂੰ ਹੱਲਾ ਬੋਲ, ਅਨਪੜ੍ਹਤਾ ਨੇ ਮੱਤ ਤੇਰੀ ਮਾਰੀ, ਕਰਜ਼ੇ ਦੀ ਪੰਡ ਹੋ ਗਈ ਭਾਰੀ, ਲੋਕੀ ਕਰਦੇ ਪਏ ਮਖੌਲ, ਉੱਠ ਹੱਲਾ ਬੋਲ, ਉੱਠ ਕਿਸਾਨਾ ਸੁੱਤਿਆ ਤੂੰ ਹੱਲਾ ਬੋਲ, ਉੱਠ ਕਿਰਤੀਆ ਜਾਗ ਹੋਏ ਤੂੰ ਹੱਲਾ ਬੋਲ, ਵਿਹਲੜ ਦੇਸ਼ ਦਾ ਕੋਲਾ ਖਾ ਗਏ, ਕਾਲੇ ਤੁਹਾਨੂੰ ਬਾਹਰੋਂ ਲੈ ਗਏ, ਸੁੱਤਾ ਰਿਹਾ ਅਨਭੋਲ, ਤੂੰ ਉੱਠ
ਉੱਠ ਹੱਲਾ ਬੋਲ, ਉੱਠ ਕਿਸਾਨਾਂ ਸੋਤਿਆ ਤੂੰ ਹੱਲਾ ਬੋਲ, ਉੱਠ ਖੇਤੀਆ ਜਾਗ ਤੂੰ ਹੱਲਾ ਬੋਲ। ਰਾਜ ਘਰਾਣੇ ਘਪਲੇ ਕਰਦੇ, ਘਪਲੇ ਕਰਦੇ ਕਿਸੇ ਤੋਂ ਨਹੀਂ ਕਰਦੇ। ਜੱਗ ਵਿੱਚ ਵੱਜ ਗਿਆ ਘਪਲਿਆਂ ਦਾ ਢੋਲ, ਉੱਠ ਹੱਲਾ ਬੋਲ, ਉੱਠ ਕਿਸਾਨਾਂ ਸੋਤਿਆ ਤੂੰ ਹੱਲਾ ਬੋਲ, ਉੱਠ ਖੇਤੀਆ ਸੁੱਤਿਆ ਤੂੰ ਹੱਲਾ ਬੋਲ, ਉੱਠ ਖੇਤੀਆ ਸੁੱਤਿਆ ਤੂੰ ਹੱਲਾ ਬੋਲ। ਇਹ ਬੇਲਾ ਸੰਘਰਸ਼ਾਂ ਦਾ ਆਇਆ, ਜਿਹੜਾ ਬੈਠਾ ਰਹੂ ਉਹ ਬਣੂ, ਉਹ ਸਮਾਂ ਗੁਆਇਆ। ਕਿਰਤੀ ਕਿਸਾਨ ਰਲ ਕੇ ਬਿੜ ਦੇਵੋ ਜਮਾਤੀ ਘੋਲ, ਉੱਠ ਹੱਲਾ ਬੋਲ, ਉੱਠ ਕਿਸਾਨਾਂ ਸੁੱਤਿਆ ਤੂੰ ਉੱਠ ਹੱਲਾ ਬੋਲ, ਉੱਠ ਕਿਰਤੀਆ ਜਾਗ ਤੂੰ ਹੱਲਾ ਬੋਲ। ਵਾਹਿਗੁਰੂ ਜੀ ਕਾ ਖਾਲਸਾ। ਬਾਸੀ ਸਾਹਿਬ ਨੇ ਆਪਣੀ ਗੁਰਤਾ ਰੱਖੀ, ਬਹੁਤ ਬਹੁਤ ਧੰਨਵਾਦ।